ਜ਼ਿਲ੍ਹਾ ਗੁਰਦਾਸਪੁਰ ਰੱਬ ਆਸਰੇ, ਇਹ ਅਸੀਂ ਨਹੀਂ ਇੱਥੋਂ ਦੇ ਲੋਕ ਕਹਿ ਰਹੇ ਹਨ, ਕਿਉਂਕਿ ਕਲਾਨੌਰ ਸਥਿਤ ਇੱਕ ਨੰਬਰ ਸਕੀਮ ਜੋ ਕਿ ਇੰਪਰੂਵਮੈਂਟ ਟਰੱਸਟ ਨੇ ਬਣਾਈ ਸੀ, ਇੱਥੋਂ ਦੇ ਪ੍ਰਧਾਨ ਨੇ ਕਲੋਨੀ ਦੇ ਬਾਹਰ ਇੱਕ ਪਿੱਪਲ ਦਾ ਬੂਟਾ ਵਧਾ ਦਿੱਤਾ, ਕਿਉਂਕਿ ਇਹ ਬੂਟੇ ਦਾ ਕਾਰਨ ਵਧਾਉਣ ਦਾ ਇਹ ਸੀ ਕਿ ਇੱਥੇ ਲੱਗਾ ਬੋਰਡ ਜੋ ਕਿ ਕਲੋਨੀ ਦਾ ਨਾਮ ਲਿਖਿਆ ਸੀ ਉਹ ਇਸ ਬੂਟੇ 'ਤੇ ਲੁਕਾ ਦਿੱਤਾ ਸੀ। ਦੂਜੇ ਪਾਸੇ ਜਦ ਇਸ ਸੰਬੰਧੀ ਵਿਭਾਗਾਂ ਨਾਲ ਗੱਲ ਕੀਤੀ ਗਈ ਤਾਂ ਉਹ ਆਪਣਾ ਪੱਲਾ ਝਾੜਦੇ ਨਜ਼ਰ ਆਏ। ਜਦ ਇੰਪਰੂਵਮੈਂਟ ਟਰੱਸਟ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕਮੇਟੀ ਦਾ ਖੇਤਰ ਆਉਂਦਾ ਹੈ। ਜਦ ਕਮੇਟੀ ਦੇ ਈਓ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋ ਕਿਸੇ ਨੇ ਅਜੇ ਤੱਕ ਹੈਂਡਓਵਰ ਨਹੀਂ ਕੀਤੀ। ਇਹ ਦੇਖਣਾ ਹੋਏਗਾ ਕਿ ਵਿਭਾਗ ਇਸ 'ਤੇ ਕੀ ਕਾਨੂੰਨੀ ਕਾਰਵਾਈ ਕਰਦਾ ਹੈ। ਦੇਖਦੇ ਰਹੋ ਮਸਕਾ ਚਸਕਾ ਟਾਈਮ ਗੁਰਦਾਸਪੁਰ। ਕਿੱਥੋਂ ਦੇ ਜੇ ਤੁਸੀਂ? ਹਾਂ ਵਾਸ਼ਿੰਗ ਲੋਕਲ ਹੀ ਗੁਰਦਾਸਪੁਰ। ਨਹੀਂ ਲੋਕਲ ਗੁਰਦਾਸਪੁਰ ਕਿਤੋਂ ਨਾ ਕਿਤੋਂ ਦੇ ਤੇ ਹੋਵੋਗੇ ਹੀ। ਦੀਨਾਨਗਰ ਦੇ ਤੇ ਤੁਹਾਨੂੰ ਨਹੀਂ ਪਤਾ ਕਿ ਸਰਕਾਰੀ ਰੋਖਾ ਤੇ ਤੁਸੀਂ ਵੱਢਤਾ ਬਾਜੀ? ਸਾਨੂੰ ਨਹੀਂ ਲੇ ਕਰਦਾ। ਹੁਣ ਮੰਨ ਲਓ ਕਿ ਤੁਹਾਨੂੰ ਕੱਲ ਨੂੰ ਕੋਈ ਕਹੇਗਾ ਸੜਕ ਤੇ ਕੋ ਵੱਢ ਦੋ ਤੇ ਵੱਢ ਦੋਗੇ? ਹੈ ਕਿਹੜਾ ਪ੍ਰਧਾਨ ਕੌਣ ਆ? ਬੁਲਾ ਕੇ ਲਿਆਓ ਤੁਸੀਂ, ਇਹ ਕਿਹੜਾ ਬੁਲਾ ਕੇ ਲਿਆਓ? ਲਾਲ ਪੱਗ ਤੂੰ ਬੁਲਾਏਗਾ ਤੇ ਫੇਰ ਹੀ ਆ ਨਾ। ਨਾਮ ਕੀ ਤੁਹਾਡਾ? ਨਾਮ ਕੀ ਆ? ਫੋਨ ਕਰ ਰਿਹਾ। ਕੋਈ ਆਰਡਰ ਉਰਡਰ ਵੀ ਦਿੱਤੇ ਸੀ ਕੋਈ ਤੁਹਾਨੂੰ? ਕੋਈ ਆਰਡਰ ਦਿੱਤੇ ਸੀ ਇਹਦੇ ਕੱਟਣ ਦੇ? ਉਹ ਵੱਢ ਦੋ। ਜੇ ਕੱਲ ਨੂੰ ਕਹਿਣਗੇ ਸਾਰੇ ਵੱਢਣੇ ਆ। ਪੰਜ ਸੱਤ ਵਾਰੀ ਫੋਨ ਕੀਤਾ ਉਹਨਾਂ ਨੇ, ਇੱਕ ਵਾਰੀ ਫੋਨ ਨਹੀਂ ਕੀਤਾ। ਅੱਛਾ ਤੁਸੀਂ ਇਹ ਵੱਢਣ ਵੁੱਢਣ ਵਾਲਾ ਕੰਮ ਕਰਦੇ ਜੇ? ਹਾਂਜੀ ਹਾਂਜੀ ਕਰ ਦਿੰਦੇ ਹਾਂ। ਠੀਕ।